ਹਰਪ੍ਰੀਤ ਮੈਂ ਸਬਜ਼ੀ ਲੈ ਕੇ ਆਇਆ। ਸਬਜ਼ੀ ਲੈ ਜਾ, ਨਾਲੇ ਗਲਾਸ ਪਾਣੀ ਫੜ ਲਿਆ। ਪਤਾ ਨੀ ਕੰਮ ਚ ਲੱਗੀ ਹੋਣੀ ਕਿਤੇ। ਹਰਪ੍ਰੀਤ ਸਬਜ਼ੀ ਲੈ ਆ। प्यास लगी है, पानी वो प्या नहीं करती की पई काम कुम लगी होनी आवाज मार के। हरप्रीत 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 करते रहते 24 घंटे मां पुत्र ही। ਬੜਾ ਬੰਦਾ ਪੁੱਛਿਆ ਹਰਪ੍ਰੀਤ ਵਿਹਲੀ ਹਰਪ੍ਰੀਤ ਵੀ ਕੰਮ ਕਰਦੀ ਵੀ ਪਾਣੀ ਦਾ ਗਲਾਸ ਹੀ ਇਹ ਕੁੱਟ ਕੇ ਬੰਦਾ ਆਪ ਪੀ ਲੈਂਦਾ ਵੀ ਬਾਹਰੋਂ ਹੀ ਆਏ ਜੀ 2 ਮਿੰਟ ਮੈਂ ਤੇ ਆਉਂਦੀ ਮੈਨੂੰ ਤਾਂ ਕੋਈ ਨਹੀਂ ਪੁੱਛਦਾ ਵੀ ਇਹ ਤੇ ਉਹ ਹੈ। ਹੈ ਇਹਨੂੰ ਨਹੀਂ ਪਤਾ ਲੱਗਦਾ ਵੀ ਆਦਮੀ ਥੱਕਿਆ ਟੁੱਟਿਆ ਆ ਮੈਂ ਪਾਣੀ ਤੇ ਦਿਆ। ਹੈ ਇਹ ਕੀ ਕਰਦੀ ਹੈ ਥੋੜਾ ਜਿਹਾ ਖੱਚ ਕੱਸ ਕੇ ਰੱਖਿਆ ਤਾਂ ਤੂੰ ਲਗਾਮ ਬਹੁਤ ਹੀ ਢਿੱਲੀ ਛੱਡੀ ਆ। ਫਿਰ ਵੀ ਜਨਾਨੀ ਇਸ ਜਨਾਨੀ ਨੂੰ ਜਨਾਨੀ ਥਾਂ ਰੱਖਿਆ ਕਰ। ਪਾਣੀ ਮੈਂ ਫੜ ਲਿਆ। ਬੈਠ ਬੈਠ ਮੈਂ ਲਿਉਣੀ ਆ। ਬਹਿ ਜਾ ਤੂੰ ਮੈਂ ਲਿਉਣੀ। ਦੱਸ ਪਾਣੀ ਫੜਾਉਣਾ ਵੀ ਇਹਨੂੰ ਭਾਰਾ ਹੀ ਹੈ। ਉਹ ਪਾਣੀ ਤਾਂ ਫੜਾ ਦੇਣਾ ਸੀ। ਉਹ ਥੱਕਿਆ ਟੁੱਟਾ ਆਇਆ ਵਿਚਾਰਾ। ਕੰਮ ਲੱਗੀ ਸੀ ਨਾ। ਆਓ ਲੈ ਪੁੱਤ ਉਹ ਤੇ ਆਪਣੇ ਯਾਰੇ ਲੱਗੀ ਆਈ ਆ। ਉਨੇ ਇਹ ਨਹੀਂ ਕਿਹਾ ਕਿ ਤੂੰ ਪਹਿਲੇ ਜਾ ਕੇ ਥੱਕਾ ਟੁੱਟਾ ਆਇਆ ਕਿ ਤੂੰ ਪਾਣੀ ਦਾ ਕੋਲ ਗਲਾਸ ਹੀ ਦੇ ਦੇ। ਹੈ ਪਤਾ ਹੀ ਨਹੀਂ ਸੀ ਉਹ। ਠੀਕ ਹੈ। ਹਾਂ ਠੀਕ ਹੈ। ਇਹਨੂੰ ਕੀ ਹੋਇਆ? ਇਹਨੂੰ ਇਹ ਬਾਜੀ ਬੜਾ ਮੂੰਹ ਜਿਹਾ ਬਣਾ ਕੇ ਤੁਰੀ ਫਿਰਦੀ ਹੈ। ਉਹ ਤੇਰਾ ਤੇ ਹੁਣ ਕੰਮ ਹੀ ਇਹੋ ਆ। ਹੁਣ ਮੈਂ ਤੈਨੂੰ ਕੀ ਦੱਸਾਂ? ਤੂੰ ਆਪੇ ਹੀ ਸਿਆਣਾ। ਤੂੰ ਆਪੇ ਪੁੱਛ ਲਈ। ਇਹ ਤੁਹਾਨੂੰ ਕੋ ਰੋਟੀ ਪਾਣੀ ਪੁੱਛਦੀ ਚੰਗੀ ਤਰ੍ਹਾਂ ਕਿ ਨਹੀਂ? ਇਸ ਤਰ੍ਹਾਂ ਹੀ ਅੱਜ ਕੱਲ ਤੈਨੂੰ ਪਤਾ ਹੀ ਆ। ਹੁਣ ਤੇਰਾ ਕੰਮ ਕਾਰ ਹੋਵੇ ਤੇ ਆਪੇ ਇਹ ਵੀ ਪੁੱਛੇ ਮੈਨੂੰ। ਜੇ ਮਾਤਾ ਭੱਜੇ ਫਿਰਦੇ ਆ ਕਿ ਪਾਸੋਂ ਕੰਮ ਮਿਲੇ ਸਹੀ ਬਾਹਰ ਕੋਈ ਕੰਮ ਮਿਲਦਾ ਨਹੀਂ ਗਾ ਧੱਕੇ ਧੁੱਕੇ ਖਾ ਕੇ ਆ ਜਾਂਦੇ। ਜਦੋਂ ਘਰ ਆਈ ਤਾਂ ਘਰ ਹੋਰ ਪਰੇਸ਼ਾਨ ਹੋ ਜਾਂਦਾ ਜਦੋਂ ਉਹਨਾਂ ਦੇ ਮੂੰਹ ਦੇਖੀ ਦੇ ਨੇ ਮੂੰਹ ਬਣੇ ਹੁੰਦੇ। ਕਿਸ ਗੱਲ ਤੋਂ ਬਣੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ। ਹੁਣ ਫਿਰ ਕੀ ਕਰੀਏ ਪੁੱਤ? ਰੋਟੀ ਤੇ ਖਾਣੀ ਹੈ ਨਾ। ਸਹੀ ਨਹੀਂ ਨਹੀਂ ਮਾਤਾ ਮੈਂ ਤੈਨੂੰ ਕਹਿੰਦਾ ਲਿਹਾਜ ਮੈਂ ਚੱਲ ਕੀ ਕਹਿਣਾ ਕੀ ਕਹਿਣਾ ਪਰੇਸ਼ਾਨ ਹੋਈ ਦਾ ਬੜਾ। ਅੱਜ ਮੈਂ ਕਰਦਾ ਤੇਰੇ ਨਾਲ ਗੱਲ ਜਿਹੜੀ ਜਿਹੜਾ ਪਿੰਡਾਂ ਦਾ ਲਾਉ ਲਾਉ ਕਰਦਾ ਨਾ ਮੈਂ ਕਰਦਾ ਤਾਂ ਪਿੰਡਾਂ ਮੈਂ ਸਹੀ ਅੱਜ ਦੁਖੀ ਹੋਈ ਦਾ ਬੜਾ। ਉਹ ਤੋਂ ਇਹ ਸਾਨੂੰ ਦੁੱਖ ਦਿੰਦੀ ਬਹੁਤ ਜ਼ਿਆਦਾ। ਫਿਰ ਪਾਣੀ ਮੰਗਿਆ ਪਾਣੀ ਨਹੀਂ। ਹੁਣ ਜਾ ਕੇ ਵੇਖਦਾ ਵਾਂ ਫਿਰ ਮਾਤਾ ਮੈਂ ਰੋਟੀ ਬਾਰੇ ਪੁੱਛਦਾ ਵਾਂ ਰੋਟੀ ਦਾ ਇਹਨੇ ਕੀ ਕੀਤਾ ਕੀ ਨਹੀਂ ਕੀਤਾ। ਖਾਣੀ ਨੂੰ ਬਣਾਇਆ ਮੈਨੂੰ ਭੁੱਖ ਬੜੀ ਲੱਗੀ ਹੈ। ਆਹ ਇੱਕ ਕਰਦੀ ਕੀ ਪਈਆਂ ਬਣਾਉਂਦੀ ਪਈਆਂ ਰੋਟੀ ਪਕਾਣੀ ਕਿ ਨਹੀਂ ਪਕਾਣੀ ਮੈਨੂੰ ਭੁੱਖ ਲੱਗੀ ਬਹੁਤ ਜ਼ਿਆਦਾ ਥੱਕਿਆ ਮੈਂ ਬਹੁਤ ਹੋਇਆ ਇਹ ਗੱਲ ਕਰ ਮੈਂ ਤੁਹਾਡੇ ਸਾਹਮਣੇ ਕਰਦੀ ਕੀ ਪਈ ਆ ਮੈਨੂੰ ਇਹ ਦੱਸੋ ਪਹਿਲੇ ਮੈਂ ਰੋਟੀ ਬਣਾਉਣੀ ਵੀ ਨਾ ਜਿੰਨਾ ਟਾਈਮ ਤੱਕ ਮੈਂ ਉਹਨੇ ਹੀ ਲੱਗਣਾ ਬੋਲਦੀ ਕਿ ਤਾਂ ਬਈ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਉਦੋਂ ਮੈਂ ਤਾਂ ਰੋਟੀ ਲਾ ਕੇ ਆਪਣੇ ਕੋਲ ਮੈਂ ਬਾਹਰੋਂ ਖਾਣਾ ਜਾ ਕੇ ਕਿੱਥੇ ਚੱਲੇ ਆਏ ਅੱਖਾਂ ਕਿੱਥੇ ਚੱਲੇ ਆਏ ਅੱਖਾਂ ਕਿੱਥੇ ਚੱਲੇ ਆਏ ਕਿੱਥੇ ਪਤਾ ਨਹੀਂ ਉਹਨੇ ਕੀ ਕਹਿ ਗਈ ਕੀ ਗਈ ਉਹਨੂੰ ਰੋਟੀ ਬਣਾ ਕੇ ਬਣਾ ਲੈਣੀ ਸੀ ਨਾ ਤੁਸੀਂ ਕੀ ਕਰਦੇ ਹੋ ਮੈਨੂੰ ਇਹ ਦੱਸੋ ਹਾਂ ਤੂੰ ਜੋ ਮੈਨੂੰ ਦੇਗੀ ਮੈਨੂੰ ਕਹਿ ਦੇ ਸਬਜ਼ੀ ਕੱਟ ਦੋ ਮੈਂ ਸਬਜ਼ੀ ਕੱਟ ਦਿੰਦੀ ਜਾ ਕੇ ਬਹਿ ਹੋਣਾ ਅੱਛਾ ਜੀ ਹਾਂ ਨਾ ਨਹੀਂ ਜਾ ਆਉ ਕਦੇ ਫੇਰ ਲੜੂਗਾ ਤੇਰੇ ਨਾਲ ਲੜ ਨਹੀਂ ਚਾਹੁੰਦਾ ਇਹ ਲਾ ਮਾਂ ਕੁੜੀ
ਮੁੰਡਾ ਚਲਾ ਗਿਆ ਭੁੱਖਣ ਭਾਣਾ, ਨਾ ਇਹਨੇ ਕੋਈ ਰੋਟੀ ਨਾ ਕੋਈ ਪਾਣੀ, ਉਹਨੂੰ ਪੁੱਛਿਆ ਨਹੀਂ ਆ। ਹੈਂ ਦੱਸ ਜੇ ਮੈਨੂੰ ਦੇ ਦਿੰਦੀ, ਮੈਨੂੰ ਕਹਿੰਦੀ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ, ਦੱਸ ਜੇ ਮੈਨੂੰ ਦੱਸਿਆ ਤਾਂ ਮੈਂ ਕੰਮ ਹੀ ਕਰ ਲੈਂਦੀ। ਹੈਂ ਮੈਂ ਕਿਹੜਾ ਕਰਨਾ ਨਹੀਂ ਜਾਣਦੀ, ਇਹ ਆਪਣੇ ਆਪ ਆਪ ਤਰੀ ਹੋਈ ਗਈ ਆ। ਹੈਂ ਚੱਲ ਆਉਂਦੀ, ਮੈਂ ਮੁੰਡਾ ਵੀ ਉਸ ਤਰ੍ਹਾਂ ਹੀ ਕਾਢ ਦਿੱਤਾ, ਹਾਏ ਕੀ ਕਰਾਂਗੇ ਇਹਦਾ। ਹੈਂ ਮੁੰਡੇ ਨੇ ਤਾਂ ਵੱਖ ਆਪ ਘਲਪੂਗਾ, ਉਹ ਉਸ ਤਰ੍ਹਾਂ ਭੁੱਖਣ ਪਾਣਾ ਹੀ ਚਲਾ ਗਿਆ। ਦੱਸ ਮੈਂ ਕੀ ਕਰਾਂ ਹੁਣ ਇਹਦਾ। ਪਤਾ ਜਾਣਾ ਕਿੱਥੇ ਆ, ਬਾਹਰ ਕੰਮ ਕਰਨ ਜਾਈਦਾ, ਕੰਮ ਕੁੰਮ ਸਾਨੂੰ ਮਿਲਦਾ ਨਹੀਂ, ਅੱਕੇ ਸੜੇ ਘਰ ਆਈਦਾ, ਅਤੇ ਉੱਤੋਂ ਸਾਡੀ ਕੁੱਤੇ ਖਾਣੀ ਇਹ ਹੁੰਦੀ ਹੈ, ਕੀ ਕਰੀਏ ਕੀ ਨਾ ਕਰੀਏ। ਮੈਂ ਤਾਂ ਰਹਿਣਾ ਨਹੀਂ ਚਾਹੁੰਦਾ, ਮੈਂ ਤਾਂ ਘਰੋਂ ਨਿਕਲ ਜਾਣਾ, ਮੈਂ ਤਾਂ ਵਿਆਹ ਕਰਾ ਕੇ ਮਰ ਗਿਆ। ਘਰ ਵੱਸਦੇ ਆ ਦਿੰਦੇ ਆ, ਲੜਾਈ ਝਗੜਿਆਂ ਨਾਲ ਘਰ ਵੱਸਦੇ ਆ। ਮਾਤਾ ਨੂੰ ਸਮਝਾਇਆ, ਇਹਨੇ ਸਾਡਾ ਜੀਣਾ ਆਰਾਮ ਕੀਤਾ, ਕੀ ਚਾਹੁੰਦੀ ਇਹਨੂੰ ਪੁੱਛਣਾ ਸੀ। ਮੈਂ ਇਹਨੂੰ ਸਮਝਾਇਆ ਸੀ, ਉਹ ਤਾਂ ਸਗੋਂ ਹੁਣ ਮੇਰੇ ਨਾਲ ਵੀ ਲੜ ਪਈ ਆ। ਹੁਣ ਕੀ ਕਰੀਏ ਹਾਲ। ਕੋਈ ਗੱਲ ਨੀ ਮਾਤਾ ਜੀ, ਤੇਰੇ ਕੋਲ ਆਵਾਜ਼ ਨਹੀਂ ਨਾ ਆਉਂਦੀ, ਇਹਨੂੰ ਮੈਸੇਜ ਦਿਆਂ ਕਰਦਾ, ਪੁੱਛਦਾ ਨਹੀਂ ਤੈਨੂੰ ਤਕਲੀਫ ਕੀ ਹੈ। ਸਾਡਾ ਵੀ ਜੀਣਾ ਹਰਾਮ ਤੂੰ ਕੀਤਾ ਤੇ ਪਰੇਸ਼ਾਨ ਕੀਤਾ ਸੀ ਸਾਨੂੰ। ਹਰਪ੍ਰੀਤ ਇੱਧਰ ਆ ਜਰਾ। ਇੱਥੇ ਬਹਿ। ਹੁਣ ਕੀ ਹੋ ਗਿਆ? ਮਾਤਾ ਤੈਨੂੰ ਸਮਝਾਉਣ ਲੱਗੀ ਸੀ ਅੱਜ, ਤੂੰ ਮਾਤਾ ਨਾਲ ਵੀ ਲੜਦੀ, ਤੂੰ ਮੇਰੇ ਨਾਲ ਵੀ ਲੜਦੀ, ਮਾਤਾ ਨਾਲ ਵੀ ਲੜਦੀ, ਤੂੰ ਚੌਵੀ ਦੇ ਚੌਵੀ ਕੀ ਤੂੰ? ਨਾ ਨਾ ਨਾ, ਮੇਰੇ ਨਾਲ ਕੋਈ ਨੀ ਲੜਦਾ, ਮੈਂ ਕਿਉਂ ਤੁਹਾਡੇ ਦੋਵਾਂ ਮਾਂ ਪੁੱਤਰਾਂ ਨਾਲ ਲੜਦੀ ਆ? ਜਦੋਂ ਲੜਦੀ ਆ, ਜਦੋਂ ਕੋਈ ਗੱਲ ਹੋਵੇ, ਹਰਪ੍ਰੀਤ ਇੰਝ ਹਰਪ੍ਰੀਤ ਉਂਝ, ਮੈਂ ਹੀ ਇੱਕ ਰੱਖੀ ਆ ਬਸ, ਇੱਕ ਤੁਹਾਡੇ ਮੈਂ ਕੰਮ ਕਰਾਂ, ਇੱਕ ਮੈਂ ਗੱਲਾਂ ਸੁਣਾ ਸਾਰਾ ਸਾਰਾ ਦਿਨ। ਸਾਰਾ ਸਾਰਾ ਦਿਨ ਮੈਂ ਕੰਮ ਕਰਾਂ, ਸਾਰਾ ਸਾਰਾ ਦਿਨ ਮੇਰੇ ਕੋਲ ਜਪ ਤੁਹਾਡੇ ਸਾਰੇ ਕੰਮ, ਸਮਝ ਨਹੀਂ ਲੱਗਦੀ ਯਾਰ ਮੈਂ ਕੀ ਕਵਾਂ ਕੀ ਨਾ ਕਵਾਂ ਤੁਹਾਨੂੰ। ਤੁਸੀਂ ਹਰ ਵਾਰੀ ਦੋਵੇਂ ਮਾਂ ਪੁੱਤ ਨੇ ਇੱਕ ਗੱਲ, ਹਰਪ੍ਰੀਤ ਨੂੰ ਇਹ ਕਹਿ ਦਿਓ, ਹਰਪ੍ਰੀਤ ਨੂੰ ਉਹ ਕਹਿ ਦਿਓ, ਹਰਪ੍ਰੀਤ ਇੰਝ ਕਰ ਲਿਆ, ਹਰਪ੍ਰੀਤ ਉਂਝ ਕਰਦੇ, ਹਰਪ੍ਰੀਤ ਨਾ ਹੋ ਗਈ ਪਤਾ ਨਹੀਂ ਕੀ ਹੋ ਗਿਆ। ਨਹੀਂ ਰਹਿਣਾ ਤੇ ਮੇਰੇ ਨਾਲ ਨਾ ਰਹੋ, ਮੈਨੂੰ ਭੇਜ ਦਿਓ ਪੇਕੇ ਬਸ, ਮੈਂ ਆਪ ਬਹੁਤ ਦੁਖੀ ਹੋ ਗਈ ਆ। ਜਾਨੀ ਦੇ ਜਾ ਪੇਕੇ, ਪੇਕੇ ਤਾਂ ਕਿਸਾਨ ਉਹਨਾਂ ਦੇ, ਕਿ ਤੇਰੀਆਂ ਪੱਕੀਆਂ ਨਹੀਂ ਸਿਖਾਉਂਦੇ, ਤੂੰ ਜੋ ਕਰਦੀ ਪਈ ਨਾ, ਦੋ ਚਾਰ ਦਿਨ ਹੋ ਗਏ ਤੇਰਾ ਮੂੰਹ ਵੇਖਣ ਦੇ ਆ, ਕਿ ਤੂੰ ਰੋਟੀ ਸਾਨੂੰ ਪਕਾਏਗੀ ਤੇ ਅਸੀਂ ਖਾਵਾਂਗੇ। ਤੂੰ ਜਾਨੀ ਤੇ ਜਾ, ਤੇਰੇ ਬਿਨਾਂ ਸਾਡਾ ਸਰ ਜਾਏਗਾ, ਇਹ ਹੱਥ ਜੁੜੇ ਸਾਡੇ, ਜਾ ਪੇਕੇ ਜਾ। ਸਾਥ ਦਾ ਫਿਰ ਆਪੇ ਸਿਖਾਂਦੇ ਜੇ ਉਹਨੂੰ, ਆਪੇ ਗੱਲਾਂ ਕਰਾਂਦੇ ਜੇ, ਬਸ ਉਹ ਮੈਨੂੰ ਜਾਣ ਦੇ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਚੰਗਾ ਫਿਰ, ਨਹੀਂ ਮੁੜਨਾ ਤੂੰ, ਨਹੀਂ ਮੁੜਨਾ, ਤੁਹਾਡੇ ਕੀਤਾ ਕਰਾਇਆ ਸਾਰਾ ਸਾਰਾ, ਜੋ ਕਰਦੇ ਹੋ ਤੁਸੀਂ ਕਰਦੇ ਹੋ। ਹੁਣ ਕਰਨਾ ਹੀ ਕੋਈ, ਹਰਪ੍ਰੀਤ ਨਹੀਂ ਆਈ, ਕਿੰਨੇ ਦਿਨ ਹੋ ਗਏ, ਵਾਹਵਾ ਦਿਨ ਹੋ ਗਏ ਨੇ ਆਈ ਨਹੀਂ, ਪਤਾ ਨਹੀਂ ਕੀ ਗੱਲ ਹੈ। ਫੋਨ ਵੀ ਨਹੀਂ ਕੋਈ ਆਇਆ, ਫੋਨ ਵੀ ਨਹੀਂ ਆਇਆ, ਲੜੇ ਲੁੜੇ ਨਾ ਹੁਣ। ਹਾਂ ਸਹੀ ਗੱਲ ਹੈ। ਬੋਲਦੇ ਨਾ ਚਾਹ ਨਾ ਪਾਣੀ, ਸਾਰਾ ਦਿਨ ਲੱਗੀ ਰਹਿੰਦੀ ਆ, ਫੇਰ ਵੀ ਕੋਈ ਧਿਆਨ ਹੀ ਨਹੀਂ। ਰੋਟੀ ਤੋਂ ਕਹਿੰਦੇ ਰੋਟੀ ਪਕਾ, ਮੈਂ ਕਿਹਾ ਮੈਂ ਬਣੇਗੀ ਤੇ ਬਣਾਵਾਂਗੀ, ਪਕਾ ਕੇ ਖਵਾਵਾਂਗੀ ਤੁਹਾਨੂੰ। ਬਸ ਇੰਨੀ ਗੱਲ ਤੋਂ ਮੈਂ ਚਲਾ ਗਿਆ ਬਾਹਰ, ਘਰ ਆਏ ਨੇ, ਮਾਂ ਨੇ ਪਤਾ ਨੀ ਕੀ ਕਿਹਾ ਕੀ ਨਹੀਂ ਕਿਹਾ, ਇਹ ਵਾਹਿਗੁਰੂ ਹੀ ਜਾਣਦਾ। ਬਸ ਮੈਨੂੰ ਲਾਲਾ ਲਾਲਾ ਕਰਤੀ, ਚੱਲ ਜਾ ਜਾਂਦੀ ਹੈ, ਤੇ ਮੈਂ ਕਿਹਾ ਚੱਲੀ ਆ ਮੈਂ ਆ ਗਈ। ਫਿਰ ਏਦਾਂ ਥੋੜਾ ਲੜ ਕੇ ਆਈ ਦਾ, ਉਹਨਾਂ ਨੂੰ ਕਹਿਣਾ ਸੀ ਆਂਦੀ ਮੇਰੀ ਮਾਂ, ਦੱਸ ਦੇ ਤੁਹਾਨੂੰ ਸਵਾਦ ਆ ਕੇ ਕੰਜਰੋ। ਹੋਇਆ ਕੀ? ਕੁਛ ਨੀ ਭਰਜਾਈ, ਬਸ ਏਦਾਂ ਹੀ ਹੈ, ਸਾਰਾ ਦਿਨ ਕੰਮ ਲੱਗੇ ਰਹੋ, ਜਦੋਂ ਵਿਹਲੀ ਹੋ ਕੇ ਦੋ ਮਿੰਟ ਬਹਿਨੀ ਆ ਤੇ ਪਤਾ ਨੀ ਮਾਂ ਪੁੱਤਰਾਂ ਨੂੰ ਕੀ ਹੁੰਦਾ, ਮੈਨੂੰ ਨੀ ਸਮਝ ਲੱਗਦੀ। ਬਸ ਇਹ ਕਰ ਉਹ ਕਰ ਏਦਾਂ ਕਰ,
ਸਾਰਾ ਦਿਨ ਕੰਮ ਹੋਣ ਹਾਂ ਬਸ ਮੈਨੂੰ ਪਾਗਲ ਬਣਾ ਰੋਟੀ ਨਹੀਂ ਦਿੱਤੀ ਰੋਟੀ ਬਣਾਉਂਦੀ ਵੀ ਹੁਣ ਬਣੇਗੀ ਤੇ ਦਵਾਂਗੀ ਨਾ ਬਣੇਗੀ ਫੇਰ ਹੀ ਦੇਣੀ ਤੇ ਬਸ ਉਹਦੇ ਤੋਂ ਕਲੇਸ਼ ਪੈ ਗਿਆ ਮਾਂ ਨੇ ਤਾਂ ਕਰਨਾ ਐਵੇਂ ਵੀ ਆ ਕੇ ਨਹੀਂ ਪੈਣਾ ਬੱਚੇ ਨੂੰ ਐਵੇਂ ਕਰੀ ਜਾਣਾ ਹੋਰ ਕੀ ਤੇ ਬਸ ਐਵੇਂ ਕਹਿੰਦੇ ਨਾ ਵੇਖ ਚਾਹ ਕੇ ਸਭ ਕੁਝ ਕਰਨਾ ਚਾਹੀਦਾ ਕਾਲੀ ਕਰਦੀ ਫਟਾਫਟ ਹਾਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਬੰਦੇ ਸੱਦਨੇ ਆ ਬੰਦੇ ਇਕੱਠੇ ਕਰਨੇ ਆ ਉਹਨਾਂ ਨੂੰ ਬੁਲਾਵਾਂਗੇ ਗੱਲਬਾਤ ਕਰਾਂਗੇ ਫਿਰ ਤੈਨੂੰ ਤੋਰਾਂਗੇ ਠੀਕ ਹੈ ਹਾਂ ਜੀ ਹੁਣ ਜਾਣਾ ਵੀ ਮੈਂ ਮੈਂ ਤਾਂ ਹੀ ਤੋਰਾਂਗੇ ਤੈਨੂੰ ਬੰਦੇ ਬੁਲਾ ਕੇ ਤੋਰਾਂਗੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਫੋਨ ਕਰ ਦੇਣੀ ਆ ਉਹਨੇ ਚਲੋ ਠੀਕ ਹੈ ਹੁਣ ਮਾਂ ਆਈ ਹੈ ਹਰ ਕੋਈ ਇਹਨਾਂ ਨੂੰ ਪਿਆਰ ਨਾਲ ਆਪਸ ਸਮਝਾਈਏ ਕਿਹਦੀ ਠੀਕ ਹੈ ਨਾ ਹਾਂ ਇਹ ਵੀ ਉੱਥੇ ਕਾਹਲੀ ਪੈ ਗਈ ਹੋਣੀ ਜਲਦੀ ਦੋਨਾਂ ਘਰਾਂ 'ਚ ਗੱਲ ਹੋਈ ਹੋਣੀ ਦੋਵਾਂ ਘਰਾਂ 'ਚ ਕੋਈ ਨਾ ਪਈ ਕਿ ਨਹੀਂ ਕਿਹਦੀ ਕਾਹਲੀ ਪੈ ਗਈ ਹੋਣੀ ਜੇ ਕੁਛ ਕਿਹਾ ਹੋਏਗਾ ਤਾਂ ਕਹਿੰਦੀ ਨਹੀਂ ਚੰਗੀ ਮੈਂ ਅਤੇ ਆਪਾਂ ਥੋੜ੍ਹਾ ਆਪਣੀ ਸੋਚ ਸਮਝ ਕੇ ਗੱਲ ਵਧੀਆ ਜਿਹੜੀ ਕਰੀ ਠੀਕ ਹੈ ਹੁਣ ਜੇ ਆ ਹੀ ਗਈ ਸਾਡੀ ਕੁੜੀ ਦੀ ਵੀ ਗਲਤੀ ਹੋਏਗੀ ਉਹਦੀ ਵੀ ਗਲਤੀ ਹੋਏਗੀ ਦੋਨਾਂ ਦੀ ਗਲਤੀ ਹੋਏਗੀ ਨਾ ਜੇ ਮਾਂ ਇੱਕ ਲੜ ਕੇ ਆਉਂਦੀ ਪਈ ਸੀ ਤਾਂ ਬਾਂਹ ਫੜ ਕੇ ਬਿਠਾ ਲੈਂਦਾ ਸਹੀ ਗੱਲ ਆਪੇ ਇੱਥੋਂ ਤੱਕ ਗੱਲ ਨਾ ਪਹੁੰਚਦੀ ਜੈ ਕੀ ਬਣਾਇਆ ਜੇ ਭੁੱਖ ਬਹੁਤ ਲੱਗੀ ਮੈਨੂੰ ਹਾਂ ਆਲੂ ਗੋਭੀ ਬਣਾਉਣੀ ਗਈ ਬਸ रसोई च गई हां ਮੈਨੂੰ ਭਰਜਾਈ ਨਾਲ ਹੀ ਸਮਝਾਉਣ ਲੱਗ ਪਏ ਨੇ ਹੁਣ ਤੂੰ ਚੱਲ ਜਾ ਹੁਣੇ ਚੱਲ ਜਾ ਤੂੰ ਸਵੇਰੇ ਚੱਲ ਜਾ ਮੈਂ ਆਈ ਉੱਥੇ ਤਪੀ ਗਲਪੀ ਆਈ ਆ ਬੰਦਾ ਇੱਕ ਦਿਨ ਤਾਂ ਬਰਦਾਸ਼ਤ ਕਰਦਾ ਹਾਂ ਕੋਈ ਨਹੀਂ ਤੂੰ ਦੁੱਖ ਤੇ ਰਹਿ ਰੱਖਨੇ ਆ ਗੱਲ ਕਰਕੇ ਫੇਰ ਹੀ ਤੈਨੂੰ ਭੇਜਾਂਗੇ ਕੋਈ ਗੱਲ ਨਹੀਂ ਚਲੋ ਦੱਸ ਮੈਂ ਉਹਨੂੰ ਕਿਹਾ ਕੀ ਹੈ ਫਟਾਫਟ ਆ ਗਿਆ ਆਪਣੀ ਮਾਂ ਨੂੰ ਲੱਗਦੀ ਚੁੱਕਣ